ਵੈਲਕਮ ਟੂ ਲਰਨ ਟੂ ਐਕਚੁਲਾਈਜ਼, ਮੈਂ ਪ੍ਰੋਫੈਸਰ ਸਿਮਰਨਜੀਤ ਸਿੰਘ, ਡਾਕਟਰ ਧੀਰਜ ਸਿੰਘ। ਸੋ ਸਰ, ਬੱਚਿਆਂ ਦੇ ਬੜੇ ਕੁਐਸਚਨ ਆ ਰਹੇ ਨੇ ਬੀ ਐਡ ਐਂਟਰੈਂਸ ਟੈਸਟ ਨੂੰ ਲੈ ਕੇ ਕਿ ਜਿਹੜਾ ਸਾਡਾ 550 ਵਾਲਾ ਕੋਰਸ ਆ ਉਹ ਆਪਾਂ ਕਦੋਂ ਲਾਂਚ ਕਰਨ ਜਾ ਰਹੇ ਨੇ। ਬਹੁਤ ਸਾਰੇ ਕਮੈਂਟਸ ਆਏ ਨੇ ਬੱਚਿਆਂ ਦੇ, ਸੋ ਇਹਦੇ 'ਤੇ ਥੋੜ੍ਹਾ ਚਾਨਣਾ ਪਾਓ। ਸਰ, ਮੈਂ ਆਪਣੇ ਦਿਲ ਤੋਂ ਤਾਂ ਵੈਸੇ ਉਦੋਂ ਦਾ ਲਾਂਚ ਕਰ ਚੁੱਕਾ ਹਾਂ। ਟੈਕਨੀਕਲ ਔਰ ਜਿਹੜੇ ਬੇਸਿਕਸ ਨੇ ਉਹਦੇ ਉਹ ਕਰ ਰਿਹਾ ਸੀ ਕਿ ਇੰਟਰੈਕਸ਼ਨ ਅੱਛੀ ਹੋ ਸਕੇ ਸਟੂਡੀਓ ਵਿੱਚ, ਅਤੇ ਅਸੀਂ ਚਾਹੁੰਦੇ ਹਾਂ ਕਿ ਇੰਟਰੈਕਸ਼ਨ ਜਿਹੜੀ ਹੈ ਚੈਟਿੰਗ ਦੇ ਜ਼ਰੀਏ, ਤੁਸੀਂ ਟਾਈਪ ਕਰਕੇ ਨਾ ਕਰੋ, ਤੁਸੀਂ ਬੋਲ ਕੇ ਸਵਾਲ ਪੁੱਛ ਸਕੋ, ਤਾਂ ਜੋ ਜਿਹੜਾ ਫੇਸ ਟੂ ਫੇਸ ਵਾਲੀ ਟੀਚਿੰਗ ਹੈ ਉਸਦਾ ਨਜ਼ਾਰਾ ਮਿਲ ਸਕੇ, ਨਾਲੇ ਮਜ਼ਾ ਵੀ ਤਾਂ ਹੀ ਆਉਂਦਾ ਹੈ ਔਰ ਡਾਊਟ ਕਲੀਅਰ ਉਦੋਂ ਹੀ ਹੁੰਦੇ ਹਨ। ਸੋ ਮੇਰੇ ਖਿਆਲ 'ਚ ਇੱਕ ਅੱਧੇ ਦਿਨ ਵਿੱਚ ਉਹ ਸਟਾਰਟ ਹੈ ਪ੍ਰੋਗਰਾਮ, ਲਗਭਗ ਸ਼ੁਰੂ ਹੈ। ਬੇਸਿਕ ਕਲਾਸਾਂ ਮੈਂ ਲੈਣੀਆਂ ਸ਼ੁਰੂ ਕਰ ਰਿਹਾ ਹਾਂ, ਔਰ ਪਹਿਲਾਂ ਤੋਂ ਜਿਹੜਾ ਕੋਰਸ ਚੱਲ ਰਿਹਾ ਹੈ ਸ਼ਾਇਦ ਇਹਨਾਂ ਨੂੰ ਪਤਾ ਹੋਏਗਾ ਜੀ, ਜੀ ਸਾਡਾ ਪ੍ਰੀਵੀਅਸ ਈਅਰ ਕੋਰਸ ਉਸ ਤੋਂ ਵੱਖਰਾ ਕੋਰਸ ਹੈ ਐਂਡ ਪ੍ਰੈਕਟਿਸ ਸੈੱਟ ਵਾਲਾ, ਜਿਹਦੇ ਵਿੱਚ ਸਿਰਫ ਕੁਐਸਚਨਸ ਹੀ ਨੇ ਆਲਰੇਡੀ ਆਪਾਂ ਚਲਾ ਰਹੇ ਹਾਂ 220 ਰੁਪਏ ਦਾ। ਮੈਂ ਦੱਸ ਦਿੰਦਾ 220 ਦਾ ਜਿਹੜਾ ਆਲਰੇਡੀ ਹੈ ਉਹਦੇ ਵਿੱਚ ਪ੍ਰੀਵੀਅਸ ਈਅਰ ਦੇ ਕੁਐਸਚਨ ਹੈ, ਪ੍ਰੈਕਟਿਸ ਸੈੱਟ ਨੇ। ਪ੍ਰੈਕਟਿਸ ਸੈੱਟ ਤੋਂ ਇਲਾਵਾ ਜਿਹੜੇ ਹੈ ਤੁਹਾਡੇ ਕੁਐਸਚਨ ਔਨ ਡਿਮਾਂਡ ਹੈ, ਕੁਐਸਚਨ ਔਨ ਡਿਮਾਂਡ। ਜਿਵੇਂ ਇੱਕ ਵਿਦਿਆਰਥੀ ਨੇ ਕਿਹਾ ਸੀ ਕਿ ਸਰ ਕਰੰਟ ਅਫੇਅਰਸ 'ਤੇ ਆ ਦੇ ਦਿਓ, ਹੈ ਨਾ, ਉਸਦੇ ਸਪਲੀਮੈਂਟ ਕੁਐਸਚਨ ਮਿਲ ਗਏ। ਹੋਰੀਜ਼ੈਂਟਲ, ਵਰਟੀਕਲ, ਟੋਪਿਕ ਵਾਈਜ਼, ਫੋਰ ਐਗਜ਼ਾਮਪਲ ਤੁਸੀਂ ਸਾਇੰਸ 'ਤੇ ਹੈ ਜਿਹੜੀ ਹੈ, ਸਪੋਰਟਸ 'ਤੇ ਹੈ, ਉਸ 'ਤੇ ਅਲੱਗ ਸੀਰੀਜ਼ ਤੁਹਾਨੂੰ ਕੁਐਸਚਨਾਂ ਦੀ ਚਾਹੀਦੀ ਹੈ, ਤੁਸੀਂ ਕਹਿੰਦੇ ਹੋ ਉਹ ਤੁਹਾਨੂੰ ਸਪਲਾਈ ਹੋ ਜਾਂਦੀ ਹੈ, ਤੁਸੀਂ ਇਹਨਾਂ ਦੇ ਜਵਾਬ ਦਿੰਦੇ ਹੋ, ਇਮੀਡੀਏਟ ਤੁਹਾਨੂੰ ਫੀਡਬੈਕ ਮਿਲਦੀ ਹੈ, ਫੀਡਬੈਕ ਸਾਨੂੰ ਵੀ ਪਹੁੰਚਦੀ ਹੈ, ਤੁਹਾਨੂੰ ਵੀ ਪਤਾ ਲੱਗਦਾ ਹੈ। ਇਸ ਬੇਸ 'ਤੇ ਤਿਆਰੀ ਕਰ ਸਕਦੇ ਨੇ ਜਿਹੜੇ, ਜਿਹਨਾਂ ਨੂੰ ਟੀਚਰ ਦੀ ਜ਼ਰੂਰਤ ਨਹੀਂ ਹੈ ਸਿੱਧਾ, ਇਹ ਕੋਰਸ ਲੱਗਾ, ਦੈਟ ਇਜ਼ ਵਾਈ ਬੜਾ ਇਹ ਸਸਤਾ ਰੱਖਿਆ ਗਿਆ ਹੈ। ਤੇ ਇਸ ਤੋਂ ਇਲਾਵਾ ਸਰ ਜਿਹੜਾ ਤੁਹਾਡਾ 550 ਰੁਪਏ ਵਾਲਾ ਕੋਰਸ, ਇਹ ਸਰ ਹਾਂਜੀ ਉਹਦੇ ਵਿੱਚ ਕੀ ਕੀ ਮਿਲੇਗਾ ਬੱਚਾ? ਜਸਟ ਇਹ ਇੰਟਰੈਕਟਿਵ ਹੈ, ਓਕੇ, ਟੋਟਲੀ ਇੰਟਰੈਕਟਿਵ ਹੈ, ਮਤਲਬ ਇਹਦੇ ਵਿੱਚ ਸਾਡੀਆਂ ਲਾਈਵ ਕਲਾਸਿਸ ਹੋਣਗੀਆਂ, ਇਹ 'ਚ ਲਾਈਵ ਕਲਾਸਿਸ ਹੋਣਗੀਆਂ, ਠੀਕ ਹੈ। ਇਹਨੂੰ ਇੰਟਰੈਕਟਿਵ ਆਪਾਂ ਕਿਉਂ ਮਤਲਬ ਬੋਲ ਰਹੇ ਹਾਂ? ਇੰਟਰੈਕਟਿਵ ਕਿਉਂਕਿ ਤੁਸੀਂ ਇੱਕ ਤਾਂ ਹੈ ਚੈਟ, ਉਹ ਵੀ ਇੰਟਰੈਕਸ਼ਨ ਹੈ ਕਿ ਜਿਸ ਤਰ੍ਹਾਂ ਕਲਾਸਰੂਮ ਵਿੱਚ ਬੈਠਾ ਬੱਚੇ ਨੂੰ ਡਾਊਟ ਹੁੰਦਾ ਹੈ ਅਤੇ ਉਹ ਸਵਾਲ ਪੁੱਛਦਾ ਹੈ, ਉਸੇ ਤਰ੍ਹਾਂ ਇੱਥੇ ਤੁਸੀਂ ਸਵਾਲ ਪੁੱਛ ਸਕਦੇ ਹੋ, ਕਿਉਂਕਿ ਇਹ ਟੈਕਨੋਲੋਜੀ ਦੀ ਹੈਲਪ ਦੇ ਨਾਲ ਇੱਕ ਟਾਈਮ ਆਏਗਾ ਉਸਨੂੰ ਤੁਹਾਡੇ ਆਡੀਓ ਨੂੰ ਓਪਨ ਕਰ ਦਿੱਤਾ ਜਾਂਦਾ ਹੈ ਅਤੇ ਤੁਸੀਂ ਉਦੋਂ ਸਵਾਲ ਪੁੱਛ ਸਕਦੇ ਹੋ ਅਤੇ ਉਸੇ ਵਕਤ ਅਸੀਂ ਡਿਸਕਸ ਕਰ ਸਕਦੇ ਹਾਂ। ਮਤਲਬ ਬੱਚੇ ਨੂੰ ਇਦਾਂ ਲੱਗੇਗਾ ਕਿ ਕਲਾਸਰੂਮ 'ਚ ਬੈਠੇ ਨੇ। ਬਿਲਕੁਲ ਬਹੁਤ ਵਧੀਆ ਉਪਰਾਲਾ ਸਰ, ਬਿਲਕੁਲ। ਤੇ ਇਸ ਤੋਂ ਇਲਾਵਾ ਕੀ ਆਪਾਂ PDF ਨੋਟਸ ਵਗੈਰਾ ਵੀ ਇਹਦੇ ਵਿੱਚ? ਨੋਟਸ ਸਰ ਦੇਖੋ, ਯੂਨੀਅਨ ਟੈਰੀਟਰੀ, ਇਹ ਤਾਂ BEd ਦਾ ਐਗਜ਼ਾਮ ਆ, ਕੀ ਇਹਦੇ ਵਿੱਚ ਜ਼ਰੂਰਤ? ਨੋਟਸ ਦੀ ਜ਼ਰੂਰਤ ਨਹੀਂ ਹੈ, MCQ ਜਿਹੜੇ ਜਨਰਲ ਨੌਲੇਜ ਦੇ ਨੇ ਕੁਐਸਚਨ, ਉਹਨਾਂ ਦੇ ਵਿੱਚ ਉਹਨਾਂ ਦੀ ਕੋਈ ਲਿਮਿਟ ਨਹੀਂ ਹੈ, ਠੀਕ ਹੈ। ਕਾਰਨ ਕੀ ਹੈ, ਇਹ ਕੋਰਸ ਵਿੱਚ ਇੱਕ ਤਾਂ ਹੈ ਕੰਟੈਂਟ, ਤੁਸੀਂ ਕੰਟੈਂਟ ਪੁੱਛ ਰਹੇ ਹੋ, ਇੱਥੇ ਕੰਟੈਂਟ ਦੀ ਜ਼ਰੂਰਤ ਜ਼ਿਆਦਾ ਨਹੀਂ ਹੈ। PS ਟੈਟ ਵਿੱਚ, ਸੀ ਟੈਟ ਵਿੱਚ, ਸਿਲੈਕਸ਼ਨ ਟੈਸਟ ਵਿੱਚ ਪਏਗੀ, ਉੱਥੇ ਪੱਕਾ ਮਿਲੇਗਾ। ਜੇ ਕੰਟੈਂਟ ਵੀ ਚਾਹੀਦਾ ਹੈ, ਤੁਸੀਂ ਔਨ ਡਿਮਾਂਡ, ਜਿਵੇਂ ਵੀਡੀਓ ਔਨ ਡਿਮਾਂਡ ਇੱਥੇ ਮੰਗ ਸਕਦੇ ਹੋ, ਕੁਐਸਚਨ ਔਨ ਡਿਮਾਂਡ ਹੈ, ਕੰਟੈਂਟ ਔਨ ਡਿਮਾਂਡ ਕਿ ਇਹ ਵਾਲਾ ਕੰਟੈਂਟ ਦੇ ਦਿੱਤਾ ਜਾਵੇ, ਉਹ ਮਿਲ ਜਾਏਗਾ। ਜਿਹੜੀ ਅਸਲ ਚੀਜ਼ ਹੈ ਇਹਦੇ ਵਿੱਚ, MCQ ਜਿਹੜੇ ਮੈਂ ਬਣਾਉਣੇ ਅਤੇ ਸਿਲੈਕਟ ਕਰਨੇ ਨੇ, MCQ ਪਲੱਸ ਜਿਹੜੇ ਟ੍ਰਿਕਸ ਹੋਣੇ ਨੇ, ਟ੍ਰਿਕਸ ਜਿਹੜੇ ਆ ਇਹ ਜਦੋਂ ਸਿੱਖਣੇ ਨੇ, ਤਾਂ ਅਸੀਂ ਇਹ ਕਾਬਲ ਬਣ ਜਾਣਾ ਕਿ ਸਾਨੂੰ ਨਵਾਂ ਕੋਈ MCQ ਆਉਂਦਾ ਹੈ ਅਤੇ ਅਸੀਂ ਉਹ ਉਸ ਨੂੰ ਵੀ ਸੋਲਵ ਕਰ ਸਕੀਏ। ਸੋ ਇਹ ਟੀਚਿੰਗ ਲਰਨਿੰਗ, ਇਹ ਟ੍ਰੇਨਿੰਗ ਇੱਕ ਤਰ੍ਹਾਂ ਦੀ ਹੋਣੀ ਹੈ ਕਿ MCQ ਨਾਲ ਡੀਲ ਕਿਸ ਤਰ੍ਹਾਂ ਕਰ ਲੈਣਾ। ਜਿਹੜਾ BEd ਐਂਟਰੈਂਸ ਟੈਸਟ ਹੈਗਾ ਸਰ, ਕੀ ਇਹਦੇ ਵਿੱਚ ਜਿੰਨੇ ਇਹਦੇ ਮੋਡਿਊਲਸ ਨੇ,
ਚਾਹੇ ਮੈਂ ਗੱਲ ਕਰਾਂ ਟੀਚਿੰਗ ਪੋਟੈਂਸ਼ੀਅਲ ਦੀ, ਚਾਹੇ ਮੈਂ ਗੱਲ ਕਰਾਂ ਮੈਂਟਲ ਐਬਿਲਿਟੀ ਦੀ, ਚਾਹੇ ਮੈਂ ਗੱਲ ਕਰਾਂ ਇੰਗਲਿਸ਼ ਦੀ, ਪੰਜਾਬੀ ਦੀ ਅਤੇ ਜਨਰਲ ਅਵੇਅਰਨੈਸ ਦੀ, ਕੀ ਪੰਜੋ ਦੇ ਪੰਜੋ ਮੋਡਿਊਲ ਇਹਦੇ ਵਿੱਚ ਕਵਰ ਕੀਤੇ ਜਾਣਗੇ? ਹਾਂਜੀ ਸਰ, ਪੰਜੋ ਕਵਰ ਹੋਣਗੇ। ਮੈਂਟਲ ਐਬਿਲਿਟੀ ਦੀਆਂ ਕੁਛ ਵੀਡੀਓ, ਰਿਕਾਰਡਡ ਵੀਡੀਓ ਤੁਹਾਨੂੰ ਮਿਲਣਗੀਆਂ ਕਿ ਹਰ ਤਰ੍ਹਾਂ ਦੇ ਸਵਾਲ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਪਿਛਲੇ ਜਿਹੜੇ ਪੇਪਰ ਆ ਚੁੱਕੇ ਨੇ ਯੂਨੀਅਨ ਟੈਰੇਟਰੀ ਦੇ ਪੇਪਰ ਔਰ ਪੰਜਾਬ ਦੇ ਪੇਪਰ ਜਾਂ ਕਿਸੇ ਹੋਰ ਸਟੇਟ ਦੇ ਪੇਪਰ, ਉਹਨਾਂ ਦੇ ਵਿੱਚੋਂ ਹੀ ਕੁਐਸਚਨ ਨੂੰ ਸੋਲਵ ਕਰਕੇ ਉਹ ਸੀਰੀਜ਼, ਉਹ ਤੁਸੀਂ ਵੀਡੀਓ ਇਸੇ ਤਰ੍ਹਾਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਉਹਨਾਂ ਜਿਹੜੇ ਅਡੀਸ਼ਨਲ ਕੁਐਸਚਨ ਦੀ MCQ ਦੀ ਤੁਹਾਨੂੰ ਜਿਹੜੀ ਹੈ ਪ੍ਰੈਕਟਿਸ ਕਰਵਾਈ ਜਾਏਗੀ। ਜਨਰਲ ਨੌਲੇਜ ਦਾ ਕੋਈ ਲਿਮਿਟ ਨਹੀਂ ਹੈ, ਮੈਕਸੀਮਮ ਉਸ 'ਤੇ ਫੋਕਸ ਕਰਾਂਗੇ ਕਿ ਮੈਕਸੀਮਮ ਉਸਨੂੰ ਕਵਰ ਕਰ ਸਕੀਏ। ਇਸੇ ਤਰ੍ਹਾਂ ਟੀਚਿੰਗ ਪੋਟੈਂਸ਼ੀਅਲ ਦੀ ਕੋਈ ਲਿਮਿਟ ਨਹੀਂ ਹੈ, ਅਨਲਿਮਿਟਡ ਕੋਰਸ ਹੋਏਗਾ। ਜਿਹੜਾ ਪੰਜਾਬੀ ਨੋਰਮਲੀ ਹੈ ਅਤੇ ਇੰਗਲਿਸ਼ ਹੈ, ਇਹਦੇ ਵਿੱਚੋਂ ਜਿਹੜੇ ਤਾਂ ਇੰਗਲਿਸ਼ ਬੈਕਗਰਾਊਂਡ ਦੇ ਬੱਚੇ ਹੋਣਗੇ ਉਹਨਾਂ ਨੂੰ ਪੰਜਾਬੀ ਡਿਫੀਕਲਟ ਲੱਗੇਗੀ, ਜਿਹੜੇ ਪੰਜਾਬੀ ਬੈਕਗਰਾਊਂਡ ਦੇ ਨੇ ਉਹਨਾਂ ਨੂੰ ਇੰਗਲਿਸ਼ ਡਿਫੀਕਲਟ ਲੱਗੇਗੀ। ਦੈਟ ਇਜ਼ ਵਾਈ ਉਹਨਾਂ ਦੀਆਂ ਅਲੱਗ ਕਲਾਸਿਸ ਉਹ ਲੱਗਦੀਆਂ ਰਹਿਣਗੀਆਂ। ਤੋ ਉਹ ਕਲਾਸ ਦੇ ਵਿੱਚ ਨੈਚੁਰਲੀ ਹੈ ਇੰਟਰੈਕਟਿਵ ਵੇ ਨਾਲ ਡਾਊਟ ਕਲੀਅਰ ਕਰ ਸਕਦੇ ਨੇ। ਹਾਂ, ਹਰ ਕਲਾਸ ਇਸੇ ਤਰ੍ਹਾਂ ਲੱਗੇਗੀ ਇਹ ਜ਼ਰੂਰੀ ਨਹੀਂ ਹੈ, ਕਿਉਂਕਿ ਜਿਹੜੇ ਦੂਸਰੇ ਟੀਚਰ ਨੇ ਉਹ ਮੇਰੇ ਤੋਂ ਡਿਸਟੈਂਸ 'ਤੇ ਬੈਠੇ ਹੋਣਗੇ ਅਤੇ ਉਹ ਆਪਣੀ ਟੈਕਨੋਲੋਜੀ ਨਾਲ ਕਲਾਸ ਲਗਾਉਣਗੇ। ਜਿਹੜੀ ਇੱਥੋਂ ਕਲਾਸ ਲੱਗੇਗੀ ਉਹ 100% ਜਿਹੜੀ ਹੋਏਗੀ ਪੂਰੀ ਤਰ੍ਹਾਂ ਇੰਟਰੈਕਟਿਵ ਹੋ ਗਈ। ਅਤੇ ਸਰ, ਜੇ ਕੋਈ ਬੱਚਾ ਕਹਿ ਰਿਹਾ ਕਿ ਮੈਂ ਸਰ ਇਹ ਵਾਲਾ ਕੋਰਸ 550 ਵਾਲਾ ਵੀ ਲੈਣਾ ਹੈ ਅਤੇ 220 ਵਾਲਾ ਵੀ ਲੈਣਾ, ਕੀ ਕੁਛ ਉੱਤੇ ਡਿਸਕਾਊਂਟ? ਹਾਂਜੀ, ਉਸ ਨੂੰ 100 ਰੁਪਏ ਅੱਜ ਦਾ ਘਟਾ ਦਾਂਗੇ। ਓਕੇ, ਮਤਲਬ ਤੁਸੀਂ ਕਹਿ ਰਹੇ ਹੋ ਆਲਰੇਡੀ ਜਿਹੜੇ ਲੈ ਵੀ ਚੁੱਕੇ ਨੇ, ਮੰਨ ਲਓ ਇਹ ਲੈਣਾ ਚਾਹੁੰਦੇ ਨੇ, ਇਸ 'ਚੋਂ 100 650 ਦੇ ਕਰੀਬ ਦੋਨੋਂ ਇਕੱਠੇ ਕਰ ਦਾਂਗੇ ਨਾ। ਓਕੇ ਓਕੇ ਓਕੇ, ਉਹ ਫਿਰ ਸਸਤਾ ਕਰ ਦਾਂਗੇ ਥੋੜ੍ਹਾ। ਸੋ ਇਹੀ ਸਰ ਅੱਜ ਦਾ ਸੀਗਾ, ਕਿ ਬੱਚਿਆਂ ਦੇ ਕਮੈਂਟਸ ਬਹੁਤ ਜ਼ਿਆਦਾ ਆ ਰਹੇ ਸੀ, ਪੁੱਛ ਰਹੇ ਸੀ ਬਾਰ ਬਾਰ। ਜੀ, ਸੋ ਅਸੀਂ ਆਪਣਾ ਤੁਹਾਨੂੰ ਦੱਸਿਆ ਵੈਸੇ ਇਹ ਜੇ ਲੈ ਲਓਗੇ ਤਾਂ ਜਿਹੜੇ ਮੈਂ ਸੁਜੈਸਟ ਕਰਾਂ, ਇਹ ਕੋਈ ਤੁਹਾਨੂੰ ਅਟਰੈਕਟ ਕਰਨ ਦਾ ਲਈ ਨਹੀਂ ਕਹਿ ਰਿਹਾ, ਪੰਜਾਬ ਵਾਲਿਆਂ ਲਈ ਡਿਫੀਕਲਟੀ ਲੈਵਲ ਬਹੁਤਾ ਨਹੀਂ ਹੈ, ਇਸ ਲਈ ਜ਼ਿਆਦਾ ਜ਼ਰੂਰਤ ਨਹੀਂ ਹੈ ਖਰਚਾ ਕਰਨ ਦੀ। ਜਿਹੜੇ UT ਵਾਲੇ ਨੇ ਉਹਨਾਂ ਨੂੰ ਇਹ A+ ਲੈ ਲੈਣ, ਅਤੇ ਕਿਉਂਕਿ ਇੱਕ ਦੇ ਪਿੱਛੇ 10 ਬੱਚੇ ਨੇ, ਕੰਪੀਟੀਸ਼ਨ ਇੰਨਾ ਜ਼ਿਆਦਾ, ਅਦਰਵਾਈਜ਼ ਉਹਨਾਂ ਨੂੰ ਪੰਜਾਬ ਵਿੱਚ ਆਉਣਾ ਪਏਗਾ। ਠੀਕ, ਸੋ ਉਹਨਾਂ ਲਈ ਇਹ ਬਿਹਤਰ ਹੈ ਕਿ ਉਹ ਦੋਨੋਂ ਲੈ ਲੈਣ। ਓਕੇ, ਜੇ ਉਹ ਕੰਪੀਟੈਂਟ ਫੀਲ ਕਰਦੇ ਨੇ ਇੱਕ ਨਾ ਵੀ ਚਲਾ ਸਕਦੇ ਨੇ, ਜੇ ਜ਼ਿਆਦਾ ਕੰਪੀਟੈਂਟ ਹੈ ਕੋਈ ਲੈਣ ਦੀ ਜ਼ਰੂਰਤ ਨਹੀਂ ਹੈ। ਓਕੇ, ਜੇ ਤੁਸੀਂ ਉਹ ਫੀਲ ਕਰ ਰਹੇ ਹੋ, ਹੈ ਨਾ, ਪਿਛਲੀਆਂ ਵੀਡੀਓ ਆਲਰੇਡੀਆਂ ਮੇਰੀਆਂ ਪਈਆਂ ਹੈ, ਉਹ ਦੇਖ ਕੇ ਪੇਪਰ ਦੇ ਸਕਦੇ ਹੋ, ਇਸ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ। ਹਾਂ, ਜੇ ਕੰਪੀਟੀਸ਼ਨ ਫੀਲ ਕਰਦੇ ਹੋ, ਵੀਕ ਫੀਲ ਕਰਦੇ ਹੋ, ਆਪਣੇ ਆਪ ਨੂੰ ਸਟੱਡੀ ਤੋਂ ਟੁੱਟਾ ਫੀਲ ਕਰਦੇ ਹੋ, ਫਿਰ ਤੁਸੀਂ ਦੋਨੋਂ ਲੈ ਕੇ ਤੇ ਕਰ ਸਕਦੇ। ਤੇ ਲਾਸਟ ਕੁਐਸਚਨ, ਇੱਕ ਕਦ ਤੱਕ ਆਪਣਾ ਇਹ ਕੋਰਸ ਆਪਾਂ ਲਾਂਚ ਕਰ ਦਾਂਗੇ? ਮੈਂ ਤਾਂ ਅੱਜ ਹੀ ਕਰਨਾ ਚਾਹੁੰਦਾ ਸੀ। ਸੋ ਮਤਲਬ 1-2 ਦਿਨ ਦੇ ਵਿੱਚ ਇਹ ਕੋਰਸ ਆਪਾਂ ਤੁਹਾਨੂੰ ਦੇਖਣ ਨੂੰ ਮਿਲੇਗਾ। ਸਾਡੀ ਵੈਬਸਾਈਟ www.learntoactualize.in ਤੇ ਉਹਦਾ ਲਿੰਕ ਅਸੀਂ ਪਾ ਦਿਆਂਗੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਤੇ। ਸੋ ਸਾਨੂੰ ਦਿਓ ਇਜਾਜ਼ਤ, ਥੈਂਕ ਯੂ। ਥੈਂਕ ਯੂ।